ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ 10 ਅਪ੍ਰੈਲ ਨੂੰ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਜ਼ਮੀਨੀ ਪੱਧਰ 'ਤੇ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਨੇ, ਜਿਸ ਦੇ ਤਹਿਤ ਏਸ਼ੀਆ ਦੇ ਦੂਜੇ ਨੰਬਰ 'ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿੱਚ ਪਿਛਲੇ 5 ਦਿਨਾਂ ਤੋਂ ਨਾ ਹੀ ਲਿਫਟਿੰਗ ਹੋਈ ਹੈ ਅਤੇ ਨਾ ਹੀ ਮੰਡੀ ਵਿੱਚ ਕੋਈ ਪੁਖਤਾ ਇੰਤਜ਼ਾਮ ਕੀਤੇ ਗਏ ਨੇ, ਜਿਸ ਦੇ ਤਹਿਤ ਕਿਸਾਨਾਂ ਨੇ ਦੁਖੀ ਹੋ ਕੇ ਨਾਭਾ ਦੀ ਅਨਾਜ ਮੰਡੀ ਦੇ ਬਾਹਰ ਕਣਕ ਦੀਆਂ ਭਰੀਆਂ ਟਰਾਲੀਆਂ ਸੜਕ 'ਤੇ ਖੜਾ ਕੇ ਨਾਭਾ ਮਲੇਰਕੋਟਲਾ ਨੂੰ ਜਾਮ ਕਰਕੇ ਨਾਭਾ ਮਾਰਕੀਟ ਕਮੇਟੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ 5 ਦਿਨਾਂ ਤੋਂ ਲਗਾਤਾਰ ਮੰਡੀ ਵਿੱਚ ਖੱਜਲ ਖੁਆਰ ਹੋ ਰਹੇ ਹਾਂ, ਪਾਸ ਨੂੰ ਲੈ ਕੇ ਅਤੇ ਬਰਦਾਨੇ ਦੀ ਕਮੀ ਦੇ ਚੱਲਦਿਆਂ ਇੱਥੇ ਵੱਡੀ ਮੁਸ਼ਕਿਲ ਆ ਰਹੀ ਹੈ। ਅੱਜ ਅਸੀਂ ਜਦੋਂ ਜੀ ਉਰੇ ਗੇਟ ਮੂਹਰੇ ਆਏ ਤਾਂ ਅਸੀਂ ਇਹਨਾਂ ਨਾਲ ਮਾਰਕੀਟ ਕਮੇਟੀ ਵਾਲੇ ਨਾਲ ਗੱਲ ਕਰੀ, ਦਲੱਦੀ ਤੋਂ ਮੁੰਡਾ, ਉਹ ਕਹਿੰਦਾ ਵੀ ਅਸੀਂ ਜਾਮ ਲਾ ਦਈਏ, ਉਹ ਕਹਿੰਦਾ ਵੀ ਲਾ ਦਿਓ ਜਾਮ, ਮਗਰ ਤੁਸੀਂ ਜ਼ਿੰਮੇਵਾਰ ਹੋਵੋਗੇ ਗੱਲ ਦੇ, ਕਹਿੰਦੇ ਠੀਕ ਆ ਜੀ। ਅੱਜ ਜ਼ਿੰਮੇਵਾਰ ਹੈ ਮਾਰਕੀਟ ਕਮੇਟੀ ਆਏ, ਜਾਮ ਇਹਨਾਂ ਨੇ ਆਪ ਲਵਾਇਆ, ਇਹਨਾਂ ਨੇ ਗੇਟ ਬੰਦ ਕਰਿਆ ਸਾਡਾ, ਅਸੀਂ ਸਾਨੂੰ ਚਾਓ ਨਹੀਂ ਹੈਗਾ ਸੀ ਵੀ ਉਰੇ ਧਰਮ ਬੰਦ ਕਰਨ ਦਾ, ਸਾਨੂੰ ਅਸੀਂ ਜਨਤਾ ਨੂੰ ਤੰਗ ਕਰਨਾ ਨਹੀਂ ਚਾਹੁੰਦੇ, ਸਾਡੇ ਤੋਂ ਸਰਕਾਰ ਜਿਹੜਾ ਪ੍ਰਸ਼ਾਸਨ ਆ ਉਰੇ ਦਾ ਇਹ ਸਾਰਾ ਸਾਨੂੰ ਤੰਗ ਕਰ ਰਿਹਾ, ਜਿਹੜਾ ਕੈਪਟਨ ਹੈ ਇਹ ਵੀ ਸਾਡੇ ਉੱਤੇ ਅੱਤਿਆਚਾਰ ਕਰ ਰਿਹਾ, ਐਡਾ ਅੱਤਿਆਚਾਰ ਅੱਜ ਪਹਿਲੀ ਵਾਰ ਅਸੀਂ ਦੇਖ ਰਹੇ ਹਾਂ, ਮੇਰੀ ਇੰਨੀ ਵੱਡੀ ਉਮਰ ਹੋ ਗਈ ਵੀ ਅੱਜ ਤੱਕ ਮੈਂ ਇਹ ਕੰਮ ਨਹੀਂ ਦੇਖਿਆ ਹੈਗਾ। ਕੈਪਟਨ ਸਾਹਿਬ ਨੇ ਥੋੜ੍ਹੀ ਦੇਰ ਪਹਿਲਾਂ ਕਿਹਾ ਵੀ ਅਸੀਂ ਪੰਜਾਬ 'ਚ ਇਕੱਲਾ ਦਾਣਾ ਖਰੀਦਾਂਗੇ ਕਣਕ ਦਾ, ਉਹ ਕਿੱਥੇ ਖਰੀਦ ਰਿਹਾ ਹੈ ਮੈਨੂੰ ਅੱਜ ਤਾਂ ਦਿਖਾ ਦਿਓ, ਤੁਸੀਂ ਵੀ ਜਾਣੀ ਜਾਣੋ ਪੱਤਰਕਾਰ ਹੋ ਤੁਸੀਂ ਆਪ, ਇਹਦੇ ਵਿੱਚ ਬਾਰਦਾਨਾ ਨਹੀਂ ਹੈਗਾ ਸਾਡੇ ਕੋਲ, ਕੋਪਨ ਵਾਲਾ ਸਿਸਟਮ ਚਲਾਤਾ, ਇੰਨਾ ਘਟੀਆ, ਮੈਂ ਤਾਂ ਕਹਿੰਦਾ ਵੀ ਕੈਪਟਨ ਦਾ ਵਿਚਾਰ ਹੀ ਨਹੀਂ, ਇੱਦੂ ਘਟੀਆ ਵਿਚਾਰ ਨਹੀਂ, ਬੇਦੂ ਉੱਪਰ ਦੀ ਵਿਚਾਰ ਹੀ ਘਟੀਆ ਉਹਦਾ ਜੀ ਸਾਰਾ, ਵੀ ਅੱਤਿਆਚਾਰ ਵਾਲੀ ਕੰਮ ਹੈ, ਸਾਨੂੰ ਮਰਨ 'ਤੇ ਮਜਬੂਰ ਕਰ ਰਹੇ ਨੇ ਸਰਕਾਰਾਂ। ਇੱਕ ਨੇ ਰੱਖਾਂਗੇ ਅਸੀਂ ਮਰਨ ਨੂੰ ਵੀ ਤਿਆਰ ਹਾਂ, ਮੈਂ ਕਹਿੰਦਾ ਵੀ ਅੱਜ ਮੈਂ ਉਰੇ ਜੇ ਇਹਨਾਂ ਨੇ ਕੋਈ ਨਾ ਸਾਡਾ ਮਸਲਾ ਹੱਲ ਕੀਤਾ ਵੀ ਮੈਂ ਹੱਤਿਆ, ਵੀ ਅੱਜ ਕੋਈ ਨਾ ਕੋਈ ਅਸੀਂ ਉਹ ਕਰਾਂਗੇ ਇਹਨਾਂ 'ਤੇ, ਇਹ ਸਰਕਾਰ ਨੂੰ ਅਸੀਂ ਦਿਖਾਉਣਾ ਚਾਹੁੰਦੇ ਹਾਂ ਵੀ ਅਸੀਂ ਮਰਨ ਵੀ ਜਾਣਦੇ ਹਾਂ, ਪਾਸ ਦੀ ਕਿਉਂ ਨਹੀਂ ਸਾਨੂੰ ਬਾਰਦਾਨੇ ਦੀ, ਸਭ ਤੋਂ ਅਸੀਂ ਪਾਸ ਪੂਸ ਤਾਂ ਦੇਖਣਾ ਹੀ ਨਹੀਂ ਯਾਰ, ਅਸੀਂ ਬਿਨਾਂ ਪਾਸ ਤੋਂ ਕਣਕ ਭਰਾਉਣੀ ਆ ਉਰੇ, ਵੀ ਅਸੀਂ ਇਹ ਦੇਖਣੀ ਨਹੀਂ ਹੈਗੇ, ਅਸੀਂ ਤਾਂ ਇਹਨਾਂ ਦੇ ਅਸੀਂ ਅੱਜ ਮੈਂ ਕਹਿੰਦਾ ਵੀ ਅੱਤਿਆਚਾਰ ਵੀ ਇਹਨਾਂ ਦੇ ਉੱਤੇ ਅਸੀਂ ਜ਼ੁਲਮ ਲਾਵਾਂਗੇ, 5 ਦਿਨ ਹੋ ਗਏ ਸਾਨੂੰ, ਉੱਪਰੋਂ ਬੱਦਲ ਬਾਈ ਹੈ, ਮੌਸਮ ਖਰਾਬ ਹੈ, ਜਿੰਨੀ ਵੀ ਸਾਡੀ ਫਸਲ ਹੈ ਪੁੱਤਾਂ ਵਾਂਗ ਪਾਲੀ ਹੋਈ 6 ਮਹੀਨਿਆਂ ਦੀ, ਅੱਜ ਸਾਡੇ ਨਾਲ ਸਰਕਾਰ ਬਹੁਤ ਜ਼ੁਲਮ ਕਰ ਰਹੀ ਹੈ ਸਾਡੇ ਉੱਤੇ, ਸਰਕਾਰ ਨੇ ਪਹਿਲੇ ਜਿਹੜੀ 10 ਤਰੀਕ ਕਰਤੀ ਫਿਰ ਵੀ ਇੰਤਜ਼ਾਮ ਪੂਰੇ ਨਹੀਂ ਹੈ, ਇੱਕ ਇਹ ਵੱਡਾ ਅੱਤਿਆਚਾਰ ਕਰ ਰਹੀ ਹੈ, 1 ਤਰੀਕ ਨੂੰ ਖਰੀਦ ਸ਼ੁਰੂ ਹੋ ਜਾਂਦੀ ਸੀ, ਅੱਜ 20-22 ਤਰੀਕ ਹੋ ਰਹੀ ਹੈ, ਅੱਜ ਵੀ ਕੋਈ ਸਾਡੀ ਸੁਣਵਾਈ ਨਹੀਂ ਹੈਗੀ, ਸਰਕਾਰ ਉਹ ਕਹਿੰਦਾ ਕੈਪਟਨ ਸਾਹਿਬ ਕਹਿ ਰਹੇ ਨੇ ਵੀ ਅਸੀਂ ਦਾਣਾ ਚੱਕਾਂਗੇ, ਸਾਡਾ ਦਾਣਾ ਤਾਂ ਰੁੜ ਰਿਹਾ, ਅਸੀਂ ਆਪ ਰੁੜ ਰਹੇ ਹਾਂ ਸੜਕਾਂ ਦੇ ਉੱਤੇ, ਸਾਨੂੰ ਰਾਤ ਨੂੰ ਮੱਛਰ ਖਾਂਦਾ ਉਰੇ, ਇੰਨਾ ਘਟੀਆ ਸੋਚਦਾ ਮੈਂ ਕੈਪਟਨ, ਸਰਕਾਰ ਦੇਖੀ ਹੋਣੀ ਹੈ ਬਈ ਜਿਹੜਾ ਕੈਪਟਨ ਹੈ ਇਹਦੇ ਵਿਚਾਰ ਸਭ ਤੋਂ ਘਟੀਆ ਵਿਚਾਰ ਹੋ ਗਏ, ਮੋਦੀ ਦੇ ਨਾਲ ਦਾ ਹੋ ਗਿਆ, ਇਹ ਐਵੇਂ ਰੱਖਾਂਗੇ ਜੀ, ਮੈਂ ਕਹਿੰਦਾ ਜੀ ਸਾਨੂੰ ਮਰਨਾ ਪੈ ਗਿਆ, ਅਸੀਂ ਮਰਨਾ ਨੂੰ ਵੀ ਤਿਆਰ ਹਾਂ ਉਰੇ। ਇਹ ਸਰਕਾਰ ਵੱਲੋਂ ਹਦਾਇਤਾਂ ਸੀ ਕਿ ਕੋਵਿਡ ਨੂੰ ਧਿਆਨ 'ਚ ਰੱਖਦੇ ਹੋਏ ਕਿ ਬਿਨਾਂ ਪਾਸ ਤੋਂ ਐਂਟਰੀ ਨਹੀਂ ਹੋਣੀ ਚਾਹੀਦੀ ਕਿਸੇ ਦੀ, ਕੁਛ ਜ਼ਿਮੀਂਦਾਰਾਂ ਕੋਲ ਪਾਸ ਨਹੀਂ ਸੀ ਅਤੇ ਉਹ ਅੰਦਰ ਆਉਣਾ ਚਾਹੁੰਦੇ ਸੀ, ਰੋਕਣ 'ਤੇ ਉਹਨਾਂ ਨੇ ਧਰਨਾ ਲਾਇਆ। ਸਰਕਾਰ ਦਾ ਕਹਿ ਰਹੀ ਕਿਸਾਨਾਂ ਦਾ ਦਾਣਾ ਚੱਕਾਂਗੇ, ਫਿਰ ਇੱਦਾਂ ਨਹੀਂ, ਸਰਕਾਰ ਵੱਲੋਂ ਹਦਾਇਤਾਂ ਸੀ ਕਿ ਬਿਨਾਂ ਪਾਸ ਤੋਂ ਨਾ ਫਸਲ ਲਿਆਂਦੀ ਜਾਵੇ, ਹੁਣ ਕੁਛ ਕਿਸਾਨ ਬਿਨਾਂ ਉਹਦੇ ਤੋਂ ਫਸਲ ਲੈ ਕੇ ਆਏ ਨੇ। ਕਿੰਨੇ ਪਾਸ ਜਿਹੜੇ ਸਰਕਾਰ ਵੱਲੋਂ ਦਿੱਤੇ ਜਾ ਰਹੇ? ਸਰਕਾਰ ਵੱਲੋਂ ਕੱਲ੍ਹ ਮਾਰਕੀਟ ਕਮੇਟੀ ਨਾਭਾ ਲਈ 821 ਪਾਸ ਜਾਰੀ ਕੀਤੇ ਗਏ। ਟਰਾਲੀਆਂ ਦਾ ਕਾਫੀ ਖੜੀ ਅੰਦਰ ਵੀ ਭਰਮਾਰ ਲੱਗਿਆ ਪਿਆ, ਨਹੀਂ ਜਿਨ੍ਹਾਂ ਕੋਲ ਪਾਸ ਸੀ ਉਹ ਸਾਰੇ ਗਏ ਨੇ ਅੰਦਰ,
ਉਹ ਵਿਦ ਪਾਸ ਗਏ ਨੇ ਸਾਰੇ ਅੰਦਰ। ਕਿਤਨੇ ਤੇ ਕਮੀ ਆ ਅਵੇਅਰਨੈਸ ਦੀ ਵੀ, ਕਿਸਾਨ ਆ ਜਿਹੜੇ ਮੰਡੀਆਂ ਜਾ ਰਹੇ ਆ। ਇਹ ਹੁਣ ਥੋੜੀ ਆੜਤੀਆਂ ਦੀ ਵੀ ਜ਼ਿੰਮੇਵਾਰੀ ਆ ਵੀ ਜਿਹਦੇ ਕੋਲ ਪਾਸ ਨਹੀਂ, ਆੜਤੀ ਕੋਲ ਜਿੰਨੇ ਪਾਸ ਨੇ ਉਨੇ ਕਿਸਾਨਾਂ ਨੂੰ ਹੀ ਆਉਣ ਦਿੱਤਾ ਜਾਵੇ। ਆੜਤੀ ਨੂੰ ਚਾਹੀਦਾ ਵੀ ਦੱਸਣਾ ਕਿਸਾਨ, ਬਿਲਕੁਲ ਬਿਲਕੁਲ ਆੜਤੀ ਦੀ ਜ਼ਿੰਮੇਵਾਰੀ ਬਣਦੀ ਹੈ ਜੀ। ਇਹਨਾਂ ਨੂੰ ਕੱਲ੍ਹ ਦੇ ਦਿਨ 'ਚ ਪਾਸ ਜਾਰੀ ਕੀਤੇ ਗਏ ਸੀ ਅੱਜ ਲਈ, ਅਤੇ ਉਹਨਾਂ ਨੂੰ ਫਿਰ ਜ਼ਿੰਮੇਵਾਰੀ ਬਣਦੀ ਸੀ ਆੜਤੀ ਦੀ ਕਿ ਇਹਨਾਂ ਨੂੰ ਕਹਿੰਦੇ ਬਿਨਾਂ ਪਾਸ ਤੋਂ ਨਾ ਆਓ। ਅੱਜ ਦੇ ਪਾਸ ਅਜੇ ਪਤਾ ਲੱਗਣਾ ਜੀ, 800-900 ਦੇ ਕਰੀਬ ਹੋਣਾ ਆ। ਹੁਣ ਕੀ ਆਸ਼ਵਾਸਨ ਦਵਾਨੇ ਤੁਸੀਂ ਕਿਸਾਨਾਂ ਨੂੰ? ਆਸ਼ਵਾਸਨ ਤਾਂ ਇਹ ਆ ਕਿ ਇਹ ਸਾਡੀ ਵੀ ਥੋੜ੍ਹੀ ਮੰਨਣ।